ਇਨਫੋਰਮੇਸ਼ਨ ਮਿਲੀ ਸੀ, ਇੱਕ ਪਰਿਵਾਰ ਹੈ ਜਿਹਨਾਂ 'ਚ ਇੱਕ ਬੱਚੀ ਹੈਗੀ 4 ਸਾਲ ਦੀ, ਉਹ ਆਪਣੀ ਮਦਰ ਅਤੇ ਆਪਣੀ ਨਾਨੀ ਨਾਲ ਗਰਮੀ ਜ਼ਿਆਦਾ ਹੋਣ ਕਰਕੇ ਘਰ ਦੇ ਬਾਹਰ ਸੁੱਤੇ ਹੋਏ ਸੀ, ਅਤੇ ਇੱਕ ਆਦਮੀ ਹੈ ਜੋ ਤਕਰੀਬਨ 35 ਤੋਂ 40 ਸਾਲ ਜਿਸਦੀ ਉਮਰ ਹੈ, ਉਹ ਮੌਕੇ 'ਤੇ ਆਇਆ। ਪਹਿਲੇ ਉਹ ਬੱਚੀ ਨੂੰ ਦੇਖ ਕੇ ਗਿਆ, ਫਿਰ ਇੱਕ ਰੇੜਾ ਲੈ ਕੇ ਆਇਆ ਅਤੇ ਬੱਚੀ ਨੂੰ ਚੱਕ ਕੇ ਲੈ ਕੇ ਜਾ ਰਿਹਾ ਸੀ ਕਿ ਮਾਂ ਦੀ ਜਾਗ ਖੁੱਲ੍ਹੀ। ਉਹਨਾਂ ਨੇ ਕੀ ਕਹਿੰਦੇ ਰੌਲਾ ਪਾ ਤੇ ਅਤੇ ਬੱਚੀ ਨੂੰ ਆਪਣੇ ਕੋਲ ਕਾਬੂ ਪਾ ਲਿਆ ਅਤੇ ਉਹ ਮੌਕੇ ਤੋਂ ਭੱਜ ਗਿਆ ਸੀ। ਉਸ ਤੋਂ ਬਾਅਦ ਜਿਹੜੇ ਪਬਲਿਕ ਨੇ ਉਹਨੂੰ ਕੀ ਕਹਿੰਦੇ ਰੌਲਾ ਪਾ ਲਿਆ ਸੀ, ਅਸੀਂ ਮੌਕੇ 'ਤੇ ਜਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ। ਜਿਹੜੀ ਆਪਾਂ ਬਣਦੀ ਕਾਰਵਾਈ ਆਪਾਂ ਕਰਦੇ ਪਏ ਹਾਂ, ਲਾਲ ਪਰਚਾ ਦਰਜ ਕਰਕੇ ਅਕਿਊਜ਼ ਦਾ ਪ੍ਰਮਾਣ ਲਵਾਂਗੇ ਅਤੇ ਫਰਦਰ ਅਪਰਾਧ ਤੋਂ ਨੈਰੋਬੇਟ ਕਰਕੇ ਮੇਰਾ ਕੀ ਮਕਸਦ ਸੀ ਬੱਚੇ ਨੂੰ ਚੱਕਣ ਦਾ, ਉਹ ਫਿਰ ਸਾਹਮਣੇ।